धरना चलिया, उन्हें सानू सुनाम का टाइम देता। जो मजदूर कट्ठे होकर सुनाम गए, उन्होंने गलबात करनी सी भी साढ़े जो फैल तो मजदूरों के रेटा की गलबात की या नहीं की, उन्हें टाइम दे के वो निकल गया। हुण जिहड़ी नवीं सरकार बनी असीं उहतों मंग करदे हां भी जे साडी जिहड़ी समस्या ज़्यादा उहदा कोई सरकार हल करे, भी गारे दे जिहड़े रेट आ उह सरकार तय करे, साडा लिख के यूनियन कदों दित्ता होवे। ताडे तक किसी ने पहुँच करन दी कोशिश कीती है? हुण जे धरना ला के बैठे हो? नहीं, हजे तक किसी ने पहुँच नहीं कीती। पट्ठा मालक ने जां किसी सरकारी अफसर ने? हाँ जी, पर डेप्टी कमिश्नर दी गल चलदी आ, पट्ठा मालक भी आए हुए ने। ठीक है जी। साडे लाल झंडा पंजाब पट्ठा मजदूर यूनियन दे। ठीक है जी। पंजाब दे साबका MLA पंजाब दे जन सकत्तर तरसीम जोधा जी, ਉੱਪਰ ਗੱਲਬਾਤ ਚੱਲਦੀ ਆ ਵੀ ਜੋ ਵੀ ਉੱਪਰ ਫੈਸਲਾ ਹੋਏਗਾ ਉਹ ਤੁਹਾਨੂੰ ਮਨਜ਼ੂਰ ਹੋਊਗਾ। ਕਿ ਨਾਰਾ ਨਾਰਾ ਲਾਲ ਝੰਡਾ ਪੰਜਾਬ ਪੱਠਾ ਮਜ਼ਦੂਰ ਜੂਨੀਅਰ ਜਿੰਦਾਬਾਦ, ਲਾਲ ਝੰਡਾ ਪੱਠਾ ਮਜ਼ਦੂਰ ਜੂਨੀਅਰ ਜਿੰਦਾਬਾਦ, ਪੱਠਾ ਉੱਪਰ ਕਰਤ ਕਾਨੂੰਨ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ, ਪੱਠਾ ਉੱਪਰ ਕਰਤ ਕਾਨੂੰਨ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਨਹੀਂ ਕਰਵਾਇਆ, ਅਸੀਂ ਮੰਗ ਕਰਦੇ ਹਾਂ ਵੀ ਇੱਕ ਤਾਂ ਜਿੰਨੇ ਵੀ ਮਜ਼ਦੂਰਾਂ ਦੇ ਰੇਟ ਆ ਸਰਕਾਰੀ ਰੁਕੇ ਹੋਏ ਨੇ, ਹੁਣ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੀਜੀ ਸਰਕਾਰ ਭਗਵੰਤ ਮਾਨ ਦੀ ਇੱਥੇ ਆਈ ਆ, ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਇੱਕ ਮੰਗ ਕਰਦੇ ਹਾਂ ਵੀ ਜਿੰਨੇ ਵੀ ਮਜ਼ਦੂਰਾਂ ਦੇ ਰੇਟ ਰੁਕੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜਿਆ ਜਾਵੇ, ਕਿਉਂਕਿ ਮਹਿੰਗਾਈ ਹੱਦਾਂ ਤੋਂ ਵੱਧ ਟੱਪ ਗਈ ਆ। ਮਜ਼ਦੂਰ ਇੰਨੇ ਪੀੜਤ ਹੋ ਗਏ ਆ ਵੀ ਆਪਣਾ ਗੁਜ਼ਾਰਾ ਕਰਨਾ ਵੀ ਉਹਨਾਂ ਦਾ ਔਖਾ, ਵੀ ਇੱਕ ਤਾਂ ਉਹ ਰੇਟਾਂ ਦੇ ਵਿੱਚ ਛੇਤੀ ਜਲਦੀ ਤੋਂ ਜਲਦੀ ਵਾਧਾ ਕੀਤਾ ਜਾਵੇ, ਇੱਕ ਜਿਹੜੇ ਮਜ਼ਦੂਰਾਂ ਦੀ ਉਜਰਤਾਂ ਦੇ ਵਿੱਚ ਜੋ ਮਿਨੀਮਮ ਵੇਜ ਦੇ ਵਿੱਚ ਰਵਾਇਜ ਹੋਣੀ ਸੀ ਉਹ 12 ਦੇ ਵਿੱਚ ਹੋਈ ਸੀ, ਉਹ ਅੱਜ ਤੱਕ ਨਹੀਂ ਹੋਈ, ਕਿਉਂਕਿ ਪਹਿਲਾਂ ਸਰਕਾਰਾਂ ਬੇਈਮਾਨ ਸਰਕਾਰਾਂ ਸੀ। ਅੱਜ ਦੀ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਇੱਕ ਤਾਂ ਇਹ ਦਿੱਤਾ ਜਾਵੇ, ਦੂਜਾ ਜਿਹੜਾ ਮਸ਼ੀਨੀ ਗਾਰਾ ਬਣਦਾ ਉਹਦਾ ਅਸੀਂ ਸਰਕਾਰ ਨੂੰ ਲਿਖ ਕੇ ਦਿੱਤਾ ਹੋਇਆ ਚੰਡੀਗੜ੍ਹ ਕੈਪਟਨ ਦੀ ਸਰਕਾਰ ਮੁਕੇ, ਉਹਨਾਂ ਨੇ ਕੋਈ ਸਾਡੀ ਉਹ ਮੰਗ 'ਤੇ ਗੌਰ ਨਹੀਂ ਕੀਤੀ ਵੀ ਜੋ ਮਸ਼ੀਨਾਂ ਦੇ ਨਾਲ ਗਾਰਾ ਬਣਦਾ ਘੱਟੋ ਘੱਟ ਇਹ ਸਰਕਾਰ ਤੈਅ ਕਰੇ, ਅਤੇ ਉਸ ਤੋਂ ਬਾਅਦ ਵੀ ਕੋਈ ਆਪਣੀ ਮਰਜ਼ੀ ਨਾਲ ਕੋਈ ਗਾਰੇ ਦਾ ਪੈਸਾ ਨਾ ਕੱਟਿਆ ਜਾਵੇ। ਜਿਵੇਂ ਪਹਿਲਾਂ ਰੇਟ ਬਣਦੇ ਸੀ ਨਿਕਾ ਭਰਾਈ ਦਾ, ਖੱਚਰ ਰੇਟ ਨਾਲ ਭਰਾਈ ਹੁੰਦੀ ਸੀ, ਫਿਰ ਟਰੈਕਟਰ ਟਰਾਲੀਆਂ ਆਈਆਂ, ਹੁਣ ਨਿਕਾਸੀ ਜਿਹੜੇ ਭਰਾਈ ਦੇ ਰੇਟ ਆ ਦੋ ਬਣਦੇ, ਇੱਕ ਮਸ਼ੀਨਰੀ ਦੇ ਨਾਲ, ਇੱਕ ਪਸ਼ੂ ਸ਼ਕਤੀ ਦੇ ਨਾਲ। ਅਸੀਂ ਉਹੀ ਮੰਗ ਕਰਦੇ ਹਾਂ ਵੀ ਸਰਕਾਰ ਵੀ ਜਦੋਂ ਰੇਟ ਵਧਾਏਗੀ ਸਰਕਾਰੀ ਮਿਨੀਮਮ ਵੇਜ, ਉਹਦੇ ਵਿੱਚ ਗਾਰੇ ਦਾ ਵੀ ਜਿਹੜਾ ਫੈਸਲਾ ਅਸੀਂ ਲਿਖ ਕੇ ਦਿੱਤਾ ਹੋਇਆ ਉਹਦਾ ਵੀ ਹੱਲ ਕਰਕੇ ਸਰਕਾਰ ਗਾਰੇ ਦਾ ਰੇਟ ਜਿਹੜਾ ਮਸ਼ੀਨਾਂ ਦਾ ਗਾਰਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਪੱਠਿਆਂ ਤੇ? ਹਾਂਜੀ, ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ? ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤੇ ਆ, ਅਸੀਂ ਭਗਵੰਤ ਮਾਨ ਨੂੰ ਵੀ ਮੰਗ ਪੱਤਰ ਦਿੱਤੇ ਆ, ਜਦੋਂ ਚੰਨੀ ਸਰਕਾਰ ਬਣੀ ਸੀ ਉਹਨੂੰ ਵੀ ਮੰਗ ਪੱਤਰ ਦਿੱਤੇ ਸੀਗੇ, ਕਿਉਂਕਿ ਜੋ ਕਿਰਤ ਕਮਿਸ਼ਨਰ ਆ ਚੰਡੀਗੜ੍ਹ ਉਹਨਾਂ ਨੂੰ ਵੀ ਅਸੀਂ ਮਿਲੇ ਸੀਗੇ ਯੂਨੀਅਨ ਕਨਿਓ, ਉਹਨਾਂ ਨੇ ਕਿਹਾ ਸੀ ਵੀ ਜਿਹੜੀ ਪੱਠਾ ਮਜ਼ਦੂਰਾਂ ਦੀ ਫੈਲ ਆ ਗਾਰੇ ਵਾਲੀ ਮਸ਼ੀਨੀ ਗਾਰੇ ਦੀ, ਅਸੀਂ ਮੁੱਖ ਮੰਤਰੀ ਦੇ ਟੇਬਲ 'ਤੇ ਭੇਜ ਦਿੱਤੀ ਆ, ਪਰ ਉਹ ਬੇਈਮਾਨ ਸਰਕਾਰ ਨੇ ਉਹਦਾ ਕੋਈ ਹੱਲ ਨਹੀਂ ਕੀਤਾ। 3 ਮਹੀਨੇ ਚੰਨੀ ਬਣਿਆ ਮੁੱਖ, ਹਰ ਇੱਕ ਸਾਲ ਰੇਟਾਂ ਦੇ ਵਿੱਚ ਵਾਧੇ ਦੀ ਮੰਗ ਕਰਦੇ ਹਾਂ ਵੀ ਮਹਿੰਗਾਈ ਬਹੁਤ ਜ਼ਿਆਦਾ ਵੱਧੀ ਆ। ਤਕਰੀਬਨ ਜਦ ਦੀ ਕਰੋਨਾ ਚੱਲੀ ਆ ਸਰਕਾਰ ਨੇ ਮਜ਼ਦੂਰਾਂ ਦੇ ਰੇਟ ਵਧਾਉਣੇ ਬੰਦ ਕਰਤੇ, ਕੈਪਟਨ ਸਰਕਾਰ ਨੇ ਰੇਟ ਵਧਾਇਆ ਸੀਗਾ ਅਤੇ 9 ਦਿਨਾਂ ਬਾਅਦ ਵਾਪਸ ਲੈ ਲਿਆ ਸੀਗਾ। ਅੱਜ ਕਾਫੀ ਸਮਾਂ ਹੋ ਗਿਆ ਮਜ਼ਦੂਰਾਂ ਦੇ ਰੇਟ ਨਹੀਂ ਵਧੇ। 2012 ਦੇ ਵਿੱਚ ਜਿਹੜੀ ਮਜ਼ਦੂਰਾਂ ਦੀ ਮਿਨੀਮਮ ਵੇਜ ਆ ਉਹ ਰਿਵਾਇਜ ਹੋਈ ਸੀ, 3 ਸਾਲਾਂ ਬਾਅਦ ਹੋਣੀ ਹੁੰਦੀ ਆ, ਹਜੇ ਤੱਕ ਉਹ ਮਜ਼ਦੂਰਾਂ ਦੇ ਜਿਹੜੇ ਰੇਟਾਂ ਦੇ ਵਿੱਚ ਰਿਵਾਇਜ ਹੋਣੀ ਸੀ ਹੋਈ ਨਹੀਂ ਗਈ। ਹੁਣ ਵੀ 4-5 ਮਹੀਨੇ ਹੋ ਗਏ ਮੰਗ ਪੱਤਰ ਦਿੱਤਾ ਹੋਇਆ ਇੱਥੇ ਲਾਲ ਝੰਡਾ ਪੰਜਾਬ ਪੱਠਾ ਮਜ਼ਦੂਰ ਯੂਨੀਅਨ ਕਨਿਊ, ਉਹਦੇ ਵਿੱਚ ਸਾਡੀਆਂ ਮੰਗਾਂ ਵੀ ਇੱਕ ਤਾਂ ਪਾਣੀ ਮਜ਼ਦੂਰਾਂ ਦੇ ਜਿੱਥੇ ਰਹਿ ਰਹੇ ਮਜ਼ਦੂਰ ਆ ਉੱਥੇ ਉਹਨਾਂ ਨੂੰ ਪਾਣੀ ਪੀਣ ਵਾਲੇ ਦਾ ਪ੍ਰਬੰਧ ਹੋਵੇ, ਜੋ ਲੈਟਰਿੰਗ ਬਾਥਰੂਮ ਦਾ ਪ੍ਰਬੰਧ ਹੋਵੇ ਵਧੀਆ, ਉਹਨਾਂ ਵਾਸਤੇ ਕੋਈ ਰਹਿਣ ਸਹਿਣ ਦੀ ਕੋਈ ਜਗ੍ਹਾ ਦਿੱਤੀ ਜਾਵੇ। ਦੂਜੀ ਗੱਲ ਆ, ਜਿੰਨੇ ਵੀ ਕਿਰਤ ਕਾਨੂੰਨ ਬਣੇ ਹੋਏ ਆ ਮਜ਼ਦੂਰਾਂ ਦੇ ਹੱਕ ਦੇ ਵਿੱਚ, ਜਦ ਹੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਨੂੰਨ ਤਾਂ ਬਣੇ ਆ ਮਜ਼ਦੂਰਾਂ ਦੇ, ਪਰ ਇੱਕ ਵੀ ਕਾਨੂੰਨ ਮਜ਼ਦੂਰਾਂ 'ਤੇ ਲਾਗੂ ਨਹੀਂ ਹੋਇਆ। ਜਿਵੇਂ ਕਿਰਤ ਕਾਨੂੰਨ ਨੇ ਹਾਜ਼ਰੀ ਦੀ ਗੱਲ ਕੀਤੀ ਜਾਂਦੀ ਆ। ਹਾਂਜੀ ਸਰ, ਕੀ ਨਾਮ ਆ ਜੀ? ਸਰ ਮੇਰਾ ਨਾਮ ਵਿਕਾਸ ਕੁਮਾਰ। ਅੱਛਾ, ਕ੍ਰਾਂਤੀਕਾਰੀ ਪੱਠਾ ਮਜ਼ਦੂਰ ਯੂਨੀਅਨ, ਮੈਂ ਜਨਰਲ ਸਕੱਤਰ ਦਾ ਅਹੁਦਾ ਰੱਖਦਾ। ਠੀਕ, ਕੀ ਜਨਰਲ ਸਕੱਤਰ ਜੀ, ਮਤਲਬ ਕੀ ਪ੍ਰੋਬਲਮ ਆ ਜੀ? ਪ੍ਰੋਬਲਮ ਜੀ, ਆ ਜਿਹੜੀ ਜਨਤਾ ਇਕੱਠੀ ਹੋਈ ਹੈ ਜੀ, ਇਹ ਆਪਣੀ ਰੇਟ ਦੇ ਬਾਬਤ ਇਕੱਠੀ ਹੋਈ ਹੈ ਜੀ, ਅਤੇ ਪੱਠਾ ਮਾਲਕ ਜਿਹੜੇ ਹੈਗੇ ਜੀ, ਇਹਨਾਂ ਦਾ ਰੇਟ ਜਿਹੜਾ ਵਾਜਿਬ ਬਣਦਾ ਜੀ ਉਹ ਇਹਨਾਂ ਨੂੰ ਨਹੀਂ ਦੇ ਰਹੇ, ਅਤੇ ਇਹਨਾਂ ਦੀ ਮਤਲਬ ਰਿਆਇਸ਼ ਜਿਹੜੀ ਹੈਗੀ ਹੈ, ਕੁਆਟਰ ਇਹਨਾਂ ਨੂੰ ਸਾਫ਼ ਨਹੀਂ ਦਿੱਤੇ ਜਾਂਦੇ, ਨਾਲੇ ਇਹਨਾਂ ਦਾ ਪੀਣ ਦਾ ਪਾਣੀ, ਲੈਟਰੀਨ ਬਾਥਰੂਮ ਦੀ ਇਹਨਾਂ ਨੂੰ ਬਹੁਤ ਵਾਲੀ ਸਮੱਸਿਆ ਹੈਗੀ ਹੈ ਜੀ। ਇਹਨਾਂ ਦੇ ਜੇ ਸਰਕਾਰ ਜਾ ਕੇ ਵੇਖੇ ਤਾਂ ਇਹਨਾਂ ਦੇ ਲੈਟਰੀਨ ਬਾਥਰੂਮ ਅਤੇ ਕੁਆਟਰ ਉਹੋ ਜਿਹੇ ਹੈਗੇ, ਉਹਨਾਂ 'ਚੋਂ ਮਤਲਬ ਉਹਨਾਂ ਦਾ ਕੁੱਤਾ ਰਹਿਣ ਨੂੰ ਰਾਜ਼ੀ ਨਹੀਂ ਹੋਊਗਾ। ਠੀਕ ਹੈ ਜੀ, ਅਤੇ ਆਪਣੇ ਹੱਕ ਲਈ
ਇੱਥੇ ਸਰਕਾਰ ਦੇ ਦਫ਼ਤਰ 'ਚ ਅੱਜ ਆ ਕੇ ਖੜੇ ਹੋਏ ਨੇ। ਕੀ ਨਾਮ ਹੈ ਜੀ ਆਪਣਾ? ਮੇਰਾ ਪ੍ਰਵੀਨ ਕੁਮਾਰ, ਪ੍ਰਧਾਨ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਪੰਜਾਬ। ਠੀਕ। ਸਾਡਾ 28 ਦਸੰਬਰ 2021 ਦਾ ਮੰਗ ਪੱਤਰ ਦਿੱਤਾ ਹੋਇਆ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਲੇਬਰ ਡਿਪਾਰਟਮੈਂਟ ਦੇ ਵਿੱਚ। ਠੀਕ ਹੈ। ਉਹ ਪਿਛਲੇ 3 ਮਹੀਨਿਆਂ ਤੋਂ ਲੇਬਰ ਦੇ ਸੁਣਾਈ ਕਰਨ ਵਾਸਤੇ ਭੱਠਾ ਮਾਲਕ ਜਿਹੜੇ ਹੈਗੇ ਆਨਾਕਾਨੀ ਕਰਦੇ ਪਏ ਸੀ। ਹੁਣ ਇਹ ਪਿਛਲੇ ਆਪਣੇ 11 ਅਪ੍ਰੈਲ ਤੋਂ ਆਉਣਾ ਸ਼ੁਰੂ ਹੋਏ ਆ, ਅੱਜ ਤੱਕ ਵੀ ਇਹਨਾਂ ਦਾ ਕੋਈ ਸਿਰੇ ਨਹੀਂ ਲੱਗਾ। ਇਹਨਾਂ ਦਾ ਜੋ ਹੈਗਾ ਪਿਛਲੇ 20 ਸਾਲਾਂ ਤੋਂ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਹੈਗਾ। ਇਹਨਾਂ ਨੂੰ ਮਸ਼ੀਨੀਕਾਰਾਂ ਦੇ ਕੇ ਮਸ਼ੀਨੀਕਾਰ ਦੇ ਨਾਂ ਦੇ ਉੱਪਰ ਇਹਨਾਂ ਦੀ ਲੁੱਟ ਕੀਤੀ ਜਾ ਰਹੀ ਹੈਗੀ ਹੈ। ਉਹਦਾ ਕਾਰਨ ਕੀ ਹੈ ਕਿ ਮਸ਼ੀਨੀਕਾਰ ਦੇ ਨਾਂ 'ਤੇ ਕਦੇ ਕਿਸੇ 150 ਕੱਟੀ ਜਾਂਦੇ, ਕਦੇ 200 ਕੱਟੀ ਜਾਂਦੇ, ਕਦੇ 250 ਕੱਟੀ ਜਾਂਦੇ ਆ। ਉਹਦੇ 'ਚ ਕੀ ਹੈ ਕਿ ਜਿਹੜੀ ਇਹਨਾਂ ਦੀ ਮਿਹਨਤ ਹੈ ਉਹ ਮਸ਼ੀਨੀਕਾਰ ਦੇ ਵਿੱਚ ਹੀ ਖਤਮ ਹੋ ਜਾਂਦੀ ਹੈ। ਬਾਕੀ ਜਿਹੜੀਆਂ ਹੋਰ ਸਰਕਾਰੀ ਸੁਵਿਧਾਵਾਂ ਦੇਣੀਆਂ ਉਹਨਾਂ ਦੇ ਵੀ ਜਾ ਕੇ ਜੇ ਭੱਠਿਆਂ 'ਤੇ ਵੇਖਦੇ ਹੈਗੇ ਹਾਂ ਤਾਂ ਉਹਨਾਂ ਦਾ ਬੁਰਾ ਹਾਲ ਹੈਗਾ ਵਾ। ਅਸੀਂ ਇਹਨਾਂ ਦੀਆਂ ਸੁਵਿਧਾਵਾਂ ਵਾਸਤੇ ਅਤੇ ਇਹਨਾਂ ਦਾ ਪੂਰਾ ਰੇਟ ਦਵਾਉਣ ਵਾਸਤੇ ਯੂਨੀਅਨ ਜਿਹੜੀ ਉਹ ਲੜਾਈ ਲੜਦੀ ਪਈ ਹੈ, ਔਰ ਜਿਹੜੀ ਲੜਾਈ ਹੈ ਅਖੀਰਲੇ ਦਮ ਤੱਕ ਲੜਦੇ ਰਹਾਂਗੇ। ਕੀ ਆਸ਼ਵਾਸਨ ਆਇਆ ਜੀ? ਆਸ਼ਵਾਸਨ ਅੱਜ ਸਾਡੀ ਭੱਠਾ ਮਾਲਕਾਂ ਨਾਲ ਉੱਪਰ ALC ਸਾਹਿਬ ਦੇ ਦਫ਼ਤਰ ਲੇਬਰ ਕੋਲ ਕੀ ਬਣਦਾ, ਜੇ ਮੰਨ ਲਓ ਨਹੀਂ ਗੱਲਬਾਤ ਸੁਣਦੇ ਹੈਗੇ ਤਾਂ ਫਿਰ ਅਸੀਂ ਅਗਲੀ ਰੂਪਰੇਖਾ ਆਪਦੀ ਹੋਰ ਤਿਆਰ ਕਰਾਂਗੇ।